ਸਾਹਮਣੇ ਨਾ ਕੋਈ ਉਹਨੂੰ ਕੋਈ ਜਾਣਦਾ ਵੀ ਕਿਤੇ ਗੱਡੀ 'ਚ ਕਿੱਧਰ ਫਿਰਦਾ, ਨਾ ਕੋਈ ਡਰ ਨਾ ਡੁੱਕਰ ਨਾ ਕੋਈ ਉਹਨਾਂ ਦੀ ਵੀਡੀਓ ਦਾ। ਜਦੋਂ ਬੰਦਾ ਤਰੱਕੀ ਕਰ ਜਾਂਦਾ, ਜਦੋਂ ਬੰਦਾ ਜਮਾ ਐ ਪਹੁੰਚ ਜਾਂਦਾ, ਉਹਨੂੰ ਸਾਰੇ ਜਾਣਨ ਲੱਗ ਜਾਂਦੇ ਨੇ, ਜਮਾ ਸਾਰੇ ਜਾਣਨ ਲੱਗ ਜਾਂਦੇ ਨੇ ਬਾਬਾ, ਫਿਰ ਤਾਂ ਬਾਬਾ ਮੁੱਠ ਮਾਰ ਕੇ ਟਾਈਮ ਪਾਸ ਕਰਨਾ। ਫਿਰ ਉਹਨੂੰ ਬੜਾ ਡਰ ਹੁੰਦਾ ਵੀ ਭਾਵੇਂ ਕਿਉਂਕਿ ਵੀਡੀਓ ਨਾ ਪਾ ਦੇ, ਆਪਣੀ ਸਹੇਲੀ ਨਾਲ ਬੈਠਾ ਜਾਂਦਾ ਗੱਡੀ 'ਤੇ ਜਾਂ ਕਮਰੇ 'ਚ ਬੈਠਦਾ, ਉਦੋਂ ਬੜਾ ਡਰ ਹੁੰਦਾ ਕਿ ਕੁੜੀ ਖਬਰ ਕਹੀ ਜਾਵੇ ਕਿਤੇ ਭੈਣ ਚੋਦ ਕਦੇ ਮੇਰੇ ਨਾਲ ਵਿਆਹ ਕਰਾਵਾਣਾ, ਲੈ ਵੋ ਕਿ ਐਂ ਕਰੂੰਗੀ, ਐਂ ਬੜਾ ਕੁਛ ਹੁੰਦਾ। ਸੋ ਬੰਦੇ ਦੇ ਦਿਲ 'ਚ ਉਦੋਂ ਬੰਦਾ ਜਦੋਂ ਤਰੱਕੀ 'ਚ ਪਹੁੰਚ ਜਾਂਦਾ ਬੰਦਾ ਬਾਬੇ, ਉਹ ਜਮਾ ਹੀ ਹੋ ਜਾਂਦਾ। ਬਸ ਜੇ ਮੈਂ ਤੁਹਾਨੂੰ ਦੱਸਤਾ, ਜਿੰਨਾ ਤੁਸੀਂ ਗਰਾਊਂਡ ਲੈਵਲ 'ਤੇ ਰਹੋਗੇ ਬਹੁਤ ਕੈਂਪ ਮਾਰੋਗੇ। ਮੈਂ ਕਹਿੰਦੇ ਬਾਈ ਬੁਰਾ ਹਾਲ ਆ, ਕਹਿੰਦੇ ਆਹ ਦੇਖ ਲਾ ਮਰ ਜਾਂਦੇ ਫਿਲਮ ਲਾ ਕੇ ਆਊਂਗਾ। ਬਸ ਬਾਈ ਇਹੀ ਕੰਮ ਸਾਰੀਆਂ ਚੀਜ਼ਾਂ ਮੈਂ ਦੇਖ ਕੇ ਆਇਆ ਬਾਬੇ, ਉਹ ਦੇਖ ਕੇ ਮੋਦੀ ਦੇਖ ਲਓ, ਮੋਦੀ ਇੰਨਾ ਤਕੜਾ ਬੰਦਾ ਤਾਂ ਨਹੀਂ ਹੈਗਾ, ਉਹ ਵੀ ਮੁੱਠ ਮਾਰਦਾ ਪੈਣ ਤੋਂ ਐਂ ਆ ਕੰਮ। ਉਹ ਕਹਿੰਦਾ ਮੈਂ ਲਿਆ ਨਹੀਂ ਸਕਦਾ, ਕਹਿੰਦਾ ਮੇਰੇ ਤਾਂ ਉਹੀ ਦੇਸ਼ ਵਿਰੁੱਧ ਆ। ਕਹਿੰਦਾ ਸਰ ਬਾਬੇ, ਜਿਹੜਾ ਸਾਡਾ ਲੋਗੋ ਸੀ DXX ਵਾਲਾ 7 ਜਨਵਰੀ 2018 ਦੇ ਵਿੱਚ ਤਿਆਰ ਕੀਤਾ ਸੀ ਗੱਗੂ ਜਟਾਣਾ ਅਤੇ ਖੁਸ਼ ਧਾਲੀਵਾਲ ਨੇ, ਖੁਸ਼ ਧਾਲੀਵਾਲ ਸਾਡਾ ਯਾਰ ਹੁਣ ਆਸਟ੍ਰੇਲੀਆ ਚੱਲ ਗਿਆ, ਬਾਬੇ ਮੁੱਕ ਕੇ ਫੂਕ ਨਿਕਲ ਗਈ ਸਾਡੇ ਯਾਰ ਮੋਹਿਤ ਵਰਮਾ ਦੀ ਦਿੱਸੀ ਤੜਕ। ਸੋ ਬਾਬੇ ਬਸ ਉਹਦੇ ਨਵਾਂ ਐਪੀਸੋਡ ਸੀ, ਹੁਣ ਨਵੇਂ ਐਪੀਸੋਡ ਆਉਂਦੇ, ਹੁਣ ਤਾਂ ਬਾਬੇ ਹੁਣ ਤਾਂ ਫੇਰ ਬਣਾਵਾਂਗੇ ਬਸ ਜਦੋਂ ਕੰਮ, ਬਸ ਉਹ ਨਵੇਂ ਬਣੇ ਸੀ, ਨਵੇਂ ਆ ਚੁੱਕੇ ਨੇ, ਦੱਸਦਾ ਕੋਈ ਐਪੀਸੋਡ ਨਹੀਂ ਆਉਂਦਾ। ਸੁਣ ਗਿਆ ਭੁੱਲਾ ਬਣੂ ਸਟਾਰ ਦਾ ਐਂਡ ਹੋ ਚੁੱਕਿਆ, ਉਹਨਾਂ ਨੂੰ ਹੀ ਕੰਟੀਨਿਊ ਲਿਖਤਾ। ਤੇ ਬਾਬੇ ਉਹ ਕਈ ਬੰਦੇ ਦੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਭੋਲਾ ਬਣੂ ਸਟਾਰ ਦਾ 10ਵਾਂ ਐਪੀਸੋਡ ਕਦੋਂ ਆਊਗਾ, ਬਾਬੇ ਉਹਨਾਂ ਨੇ ਉਹੀ ਕੰਟੀਨਿਊ ਲਿਖਤਾ, ਬਾਬੇ ਉਹਦੇ ਐਪੀਸੋਡ ਮੁੱਕ ਗਏ, ਬਸ ਨਵੀਂ ਐਪੀਸੋਡ ਸੀ ਬਾਬੇ। ਉਹ ਵੀਡੀਓ ਦੀ ਸ਼ੂਟਿੰਗ ਸਟਾਰਟ ਹੈ, ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਬੰਦੇ ਪਹੁੰਚ ਚੁੱਕੇ ਨੇ, ਇੱਥੇ ਪਾਣੀ ਛੱਡਦੇ ਖਾਸ, ਸਾਰਾ ਪਾਣੀ ਪਾਣੀ ਕਰਦੇ ਅਤੇ ਇੱਕ ਇੱਕ ਮਿੰਟ ਵਾਲੇ ਅੱਜ 3 ਵੀਡੀਓ ਬਣਾ ਦੇਣੀਆਂ ਨੇ ਆਪਣੇ, ਤਿੰਨ ਬਣਾ ਦੇਣੇ ਨੇ ਅਤੇ ਕੱਲ੍ਹ ਨੂੰ ਫਿਰ ਆਪਾਂ ਵੱਡੀਆਂ ਵੀਡੀਓ ਸਟਾਰਟ ਕਰ ਦਾਂਗੇ। ਹੁਣ ਸਪੈਸ਼ਲ ਹੀ ਕੰਮ 'ਤੇ ਗਰਦ ਠਾ ਦਾਂਗੇ, ਹੁਣ ਗਰਦ ਜਿਹੜਾ ਘਾਟਾ ਵੱਧ ਹੈ ਸਾਰਾ ਪੂਰਾ ਕਰ ਦਾਂਗੇ। ਬੰਦੇ ਵੀ ਸਾਡੇ ਸਾਰੇ ਰੈਡੀ ਨੇ, ਬਹੁਤ ਬਹੁਤ ਅਖਬਾਰ ਉਰਦੂ ਵਾਲਾ ਬੰਨ ਬੁੰਨ ਦੇਖ ਆਪਾਂ ਹੁਣ ਕਰ ਦਿੰਦੇ ਸਮੁੰਦਰ ਇੱਥੇ। ਉਹ ਮੜ ਜਾਓ ਕੁਰਸੀ ਵੀ ਚੱਕ ਬੱਗੀ ਬੱਗੀ ਸੈੱਟ ਰੈਡੀ ਆਪਣਾ ਸੈੱਟ ਕਿਹੜਾ ਕੈਮਰਾ ਆਪਣਾ ਰੈੱਡ ਲਾਈਟ ਆਪਣੇ ਪਾਣੀ ਕਾਕਾ ਪਾਣੀ ਬਿਨਾ ਕੀ ਬਣਦਾ, ਪਾਣੀ ਜ਼ਰੂਰੀ ਹੈ। ਬੰਦ ਕਰਕੇ ਓਏ ਅਜੇ ਪਾਣੀ ਨਾਲ ਤਾਂ ਮੈਂ ਕੱਲੂ ਸਾਰੀਆਂ ਮੱਝਾਂ ਨਵਾ ਦੂੰਗਾ। ਨਾ ਨਾ ਭਰ ਜਾਂਦੇ ਬਹੁਤ ਆ, ਪਾਣੀ ਬੰਦ ਕਰ ਦੋ ਓਏ, ਬਹੁਤ ਆ ਪਾਣੀ, ਬੱਗੀ ਬੰਦ ਕਰ ਦੋ, ਮੋਟਰ ਬੰਦ ਕਰਕੇ ਆ ਓਏ। ਉਹ ਸਿਖਰ ਦੁਪਹਿਰੇ ਕਿਵੇਂ ਬੈਠਾ ਯਾਰ, ਅੱਜ ਤਾਂ ਗਰਮੀ ਮਾਰਤਾ। ਸਿਖਰ ਦੁਪਹਿਰੇ ਵੀਡੀਓ ਬਣਾਉਂਦਾ ਬੜਾ ਫਾਇਦਾ। ਕਿਉਂ ਓਏ, ਤੂੰ ਇੱਥੇ ਨਹੀਂ ਇਕੱਠ ਹੋ ਜਾਂਦਾ ਭਾਂਦਾ, ਕੋਈ ਨਹੀਂ ਖੜਦਾ ਹੈਗਾ। ਦੇਖਾਂ ਹਾਂ ਉਹ ਗੱਲ ਤੇਰੀ ਪੱਕੀ ਹੈ, ਕੋਈ ਨਹੀਂ ਹੈਗਾ, ਨਾ ਕੋਈ ਆਵੇ ਨਾ ਹੀ ਗਰਮੀ 'ਚ ਕੋਈ ਖੜੇ। ਵਾਹ ਠੀਕ, ਆਪਾਂ ਫਿਰ ਦੁਪਹਿਰ ਹੀ ਰੱਖਿਆ ਕਰੀਏ ਹੈ ਨਾ ਪ੍ਰੋਗਰਾਮ, ਹੱਥ ਨਹੀਂ ਕਰਦਾ ਕੋਈ ਬੰਦੇ ਦੁਪਹਿਰੇ। ਵਾਹ ਠੀਕ, ਚਲੋ ਸ਼ੋਟ ਰੋ ਯਾਰ, ਚਲੋ ਬੱਗੀ ਕਰ ਆਪਣਾ ਮੋਬਾਈਲ ਸੈੱਟ ਸੁੱਟ। ਬੜੀ ਗਰਮੀ ਸੀ, ਬੜੀ ਗਰਮੀ ਸੀ ਬਾਬੇ, ਬਹੁਤ ਗਰਮੀ। ਗਰਮੀ ਦੇ ਬਾਅਦ ਬਾਬੇ ਇੱਕ ਵੀਡੀਓ ਤਾਂ ਆਪਣੀ ਬਣ ਚੁੱਕੀ ਹੈ ਜਿਹੜੀ ਕੱਲ੍ਹ ਨੂੰ ਆ ਜਾਣੀ ਹੈ, ਦੂਸਰੀ ਦੀ ਤਿਆਰੀ ਹੈ। 3 ਵੀਡੀਓ ਬਣਾ ਦੇਣੇ ਨੇ ਬਾਬੇ, 3 ਵੀਡੀਓ ਬਣਾ ਕੇ ਅਸੀਂ ਹੁਣ ਪੇਸ਼ ਕਰ ਦਿੰਦੇ ਹਾਂ। ਬੱਗਾ ਡਾਕੂ ਐਂਡ ਸਾਡਾ ਯਾਰ ਰਾਜੀ ਵਾਲਾ ਤਨਗੋਈ ਐਂਡ ਅਰਸ ਸਿੱਧੂ। ਸਾਡੇ ਪਿੰਡ ਦਾ ਚਪੜਾਸੀ ਇਹ ਦਾਰੂ ਨਾਲ ਕਹਿੰਦਾ ਤੁਸੀਂ ਵੀਡੀਓ ਬਣਾਉਣੇ ਹੋ, ਪ੍ਰਿੰਸੀਪਲ ਨੂੰ ਬੇਨਤੀ ਕੀਤੀ ਜਾਂਦੀ ਹੈ। ਇਹ ਸਾਡੇ ਪਿੰਡ ਦਾ ਜੋ ਸ਼ੀਸ਼ੇ ਭੰਨ ਜਾਂਦੇ ਨੇ ਉਹ ਤਾਂ ਤੈਨੂੰ ਪਤਾ ਨਹੀਂ ਲੱਗਦਾ। ਅੱਛਾ ਜੀ, ਇਹੋ ਜਿਹੀ ਗੱਲ ਕਹਿੰਦਾ ਸਰਕਾਰੀ ਸਕੂਲ ਚ ਬਾਹਰ ਹੀ ਚਲੋ ਯਾਰ, ਦਾਰੂ ਦਾ ਟੈਮ ਲੱਗ ਗਿਆ ਅੰਦਰ ਨਾ ਗੱਲ ਨੂੰ ਮੈਂ ਨਹੀਂ ਆਉਂਦਾ ਬਾਹਰ ਯਾਰ, ਮੈਂ ਨਹੀਂ ਵੜਨ ਦਿੰਦਾ ਅੰਦਰ, ਨਾ ਦਾਰੂ ਪੀ ਕੇ ਸਕੂਲ ਦੇ ਵਿੱਚ ਆਉਣਾ, ਦਾਰੂ ਵਿੱਚ ਵੀ ਤਰੀ ਆ ਦੇਖੋ ਹੁਣ ਸਾਰੇ ਬੱਚੇ ਮਸਕਾਈ ਜਾਂਦੇ ਆ, ਦਾਰੂ ਪੀ ਕੇ ਸਕੂਲ ਦੇ ਵਿੱਚ ਆਉਣਾ ਪਹਿਲਾਂ ਕਾਨੂੰਨ ਹੈ ਨਾ, ਤੂੰ ਬੱਚੇ ਤੂੰ ਕਿਵੇਂ ਤੂੰ ਦਾਰੂ ਪੀਡਾ ਡੱਕ ਕੇ ਤੈਨੂੰ ਐਂ ਪਤਾ ਲੱਗੇ ਵੀ ਬਾਬਿਓ ਪਹਿਲੀ ਵੀਡੀਓ ਬਣ ਚੁੱਕੀ ਆ, ਦੂਜੀ ਵੀਡੀਓ ਤਿਆਰੀ ਆ, ਸਕੂਲ ਦੇ ਵਿੱਚ ਬਲੈਕ ਬੋਰਡ ਸਾਫ਼ ਕਰਦੇ ਹੋਏ ਸਟੂਡੈਂਟ ਰਾਜੀ ਦਾ ਸਟੂਡੈਂਟ ਬੱਗੀ ਤੇਰੇ ਸਮਾਨ ਪੋ, ਬੱਗੀ ਡਾਊਨ ਚਪੜਾਸੀ ਦਾ ਰੋਲ ਦਿੱਤਾ ਗਿਆ ਬੱਗੀ ਨੂੰ, ਇੱਧਰ ਘੰਟੀ ਖੜਕਾਉਣ ਵਾਲਾ, ਇੱਧਰ ਸਾਰੇ ਬੰਦੇ ਨੂੰ ਅੱਡ ਅੱਡ ਰੋਲ ਦਿੱਤੇ ਨੇ, ਤੈਨੂੰ ਚੁੱਪੇ ਮਾਰਨ ਦਾ ਨਾ ਨਾ, ਤੈਨੂੰ ਵਧੀਆ ਰੋਲ ਦੇਵਾਂਗੇ, ਤੈਨੂੰ ਕੋਡਾ ਹੋਣ ਦਾ। ਬੈਠੋ ਬੱਚੋ, ਬੈਠੋ ਬੈਠੋ ਬੱਚੋ, ਬੈਠੋ ਬੈਠੋ ਬੈਠੋ,
ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ ਭੈਣ ਚੋਦੋ, ਤੁਹਾਡੇ ਤੋਂ ਵਰਦੀ ਕੋਈ ਨਹੀਂ ਪਾ ਕੇ ਆਇਆ, ਅੱਜ ਤੁਹਾਨੂੰ ਲਾਇਸੈਂਸ ਨੰਬਰ 1 ਕਰਾਵਾਂਗੇ, ਅੱਜ ਤੁਹਾਨੂੰ ਲਾਇਸੈਂਸ ਨੰਬਰ 1 ਕਰਾਵਾਂਗੇ, ਲਿਖੋ ਲਾਇਸੈਂਸ ਨੰਬਰ 1, ਸਮਝ ਆਉਂਦੀ ਹੈ ਸਾਰਿਆਂ ਨੂੰ, ਸਮਝ ਆਉਂਦੀ ਹੈ, ਵੈਰੀ ਗੁੱਡ ਬੱਚੇ, ਵੈਰੀ ਗੁੱਡ, ਚਲੋ ਬੱਚੋ ਗਾਣ ਚੁੰਗਲ ਲੈਂਗੇ, ਆ ਗਾਣ ਚੁੰਗਲ ਲੈ, ਨਹੀਂ ਬੱਚੋ ਦੂਸਰਾ ਦਿਨ ਦੇਣੀ, ਆਪਣੇ ਆਪ ਲੈਣੀ ਹੈ, ਸਾਰਿਆਂ ਨੇ ਦੋ ਦੋ ਇੰਚ ਦੀ ਉਂਗਲ ਲੈਣੀ ਆ, ਅਤੇ ਫਿਰ ਦੱਸਣਾ ਕਿੱਦਾਂ ਦਾ ਫੀਲ ਹੋ ਰਿਹਾ, ਚਲੋ ਬੱਚਿਓ, ਚਲੋ ਬੱਗੀ ਪਹਿਲਾਂ ਤੂੰ ਖੜਾ ਹੋ ਕੇ ਲੈ ਕੇ ਦਿਖਾ ਬੱਚਿਆਂ ਨੂੰ, ਫਿਰ ਸਾਰੇ ਆ ਜਾਓ ਬੱਚੇ, ਆ ਜਾਓ, ਨਾ ਤੂੰ ਭੈਣ ਚੋਂ ਤਾਂ ਇੰਨਾ ਲੇਟ ਆਇਆ ਹੈ, ਕੋਟ ਦੁਨੇ ਦੇ ਵਿੱਚ ਮੇਲਾ ਲੱਗਿਆ, ਕੋਟ ਦੁਨੇ ਵਿੱਚ ਮੇਲਾ ਲੱਗਿਆ, ਸਾਰਾ ਪਿੰਡ ਕਹਿੰਦੇ ਮੇਲਾ ਲੱਗਿਆ, ਜੇਈ ਚਪੜਾਸੀ ਕਹਿੰਦੇ ਬਾਬਿਓ, ਬਾਬੇ ਅਸੀਂ ਇਹਨੂੰ ਬੋਠਾਇਆ, ਇਹਨੂੰ ਬੋਠਾਇਆ, ਉੱਠਣ ਜੋ ਬੈਲ ਵਜਾ ਸੀ, ਅਸੀਂ ਘੰਟੀ ਮਾਰੀ, ਜਦੋਂ ਅਸੀਂ ਘੰਟੀ ਮਾਰੀ, ਘੰਟੀ ਮਾਰੀ ਜਿਹੜੀ ਮਰਿਆ ਨੀ ਆਕੜਿਆ ਵੀਡੀਓ ਬਣਾਈ ਸੀ, ਉਹਦੇ ਵਿੱਚ ਬਹੁਤ ਕਰੈਕਟਰ ਨੇ, ਭੱਜੀ ਗੁੜੀਆ ਸੀਗਾ, ਇੱਕ ਆਹ ਸੀਗਾ, ਇੱਕ ਆਹ ਵੀ ਹੈ, ਪੱਕਾ ਕਰ ਦੋ ਬਈ, ਬਹੁਤ ਸੋਹਣਾ ਸਕੂਲ ਬਣਾਇਆ ਬਾਬਿਓ, ਇਹ ਪਾਣੀ ਪੂਣੀ ਸਾਰਿਆਂ 'ਚ ਜੇਈ ਪਾਉਂਦਾ ਬਾਬੇ, ਬਹੁਤ ਵਧੀਆ ਸੇਵਾ ਕਰਦਾ ਸਾਡੇ ਪਿੰਡ ਦਾ ਜੀ, ਇਹ ਬਾਬਿਓ ਬਿਜਲੀ ਮਹਿਕਮੇ 'ਚ ਵੀ ਜੇਈ ਰਿਹਾ, ਉਸ ਤੋਂ ਬਾਅਦ ਰਿਟਾਇਰ ਹੋ ਗਿਆ, ਹੁਣ ਸਕੂਲ 'ਚ ਡਿਊਟੀ ਸਾਂਭਦਾ ਹੈ। ਅੱਛਾ, ਵਟ ਵਟ ਦਾ ਇੰਗਲਿਸ਼ ਦਾ ਇਸਦਾ ਵਰਡ ਆਉਣ ਦਾ ਚੋਰ, ਕਿਹੜਾ ਪਿੰਡ ਹੋਣਾ, ਚੋਰ ਮਾਰ ਪਿੰਡ, ਇਸਦਾ ਬਲੇਜ ਦਾ ਕੋਟ ਦੋਨਾ, ਇਸਦਾ ਚੋਰ ਇੰਗਲਿਸ਼ ਕੀ ਕਹਿੰਦੇ, ਚੋਰ ਮਾਰ ਇਹਨੂੰ ਡਿਸਟ੍ਰਿਕਟ ਇਹਦਾ ਸਰਸਾ, ਸਰਸਾ ਦੋ ਵੀਡੀਓ ਬਣ ਗਈਆਂ, ਨੀ ਤੀਜੀ ਵੀਡੀਓ ਦੀ ਤਿਆਰੀ ਆ, ਨਾ ਕੋਈ ਸ਼ੀਸਾ ਨਾ ਕੋਈ ਵਾਰੀ ਆ, ਦੋ ਵੀਡੀਓ ਬਣ ਗਈਆਂ ਬਿੱਲੋ, ਤੀਜੀ ਵੀਡੀਓ ਦੀ ਤਿਆਰੀ ਆ, ਰੋਡ ਵੇਜ ਦੀ ਲਾਰੀ ਆ, ਬਾਬਿਓ ਵੀਡੀਓ ਸਾਡੀ ਤਿਆਰ ਹੋ ਗਈ, ਬਾਬਿਓ ਇਹ ਸਾਡਾ ਯਾਰ ਆਰਮੀ ਚ ਬਾਬਿਓ ਪ੍ਰੇਮ ਸਿੰਘ, ਤੇ ਆ ਸਾਡਾ ਬਾਬਿਓ ਪੇਂਟਿੰਗ ਕਰਦਾ ਬਹੁਤ ਤਕੜੀ, ਬਾਬੇ ਡਰਾਇੰਗ ਬਣਾਉਂਦਾ ਦਿਖਾ ਬਾਬੇ, ਦੇਖੋ ਬਾਬੇ ਨੇ ਵੀ ਡਰਾਇੰਗ ਤਿਆਰ ਕਰੀ ਸੀ, ਹੋਰ ਕੀ ਯੂਜ਼ ਕਰ ਸਕਦਾ ਮੈਂ ਦੱਸ ਕਰ ਸਾਰੀ ਗੱਲ, ਮੈਂ ਟੈਟੂ ਬਣਾਉਣਾ, ਠੀਕ ਆ, ਹਾਂ ਟੈਟੂ ਬਣਵਾਉਣੇ ਆ, ਜਿਵੇਂ ਆ ਪੇਂਟਿੰਗਾਂ ਵਗੈਰਾ, ਕੱਚੇ ਟੈਟੂ ਜੇ ਕਿਸੇ ਨੇ ਬਣਵਾਉਣੇ ਨੇ, ਸਾਡੇ ਪਿੰਡ ਦਾ ਬੰਦਾ ਬਾਬੇ ਬਹੁਤ ਵਧੀਆ ਵਿਚਾਰਾ ਕੰਮ ਕਰਦਾ, ਤੇ ਇਹਨੂੰ ਅਸੀਂ ਅੱਗੇ ਤੱਕ ਲੈ ਕੇ ਜਾਣਾ ਇਹਨੂੰ ਬੰਦੇ ਨੂੰ, ਤੇ ਤੁਸੀਂ ਇਹਦੇ ਨਾਲ ਕੰਟੈਕਟ ਕਰ ਦਿੰਦਾ, ਮੈਂ ਇੰਸਟਾਗ੍ਰਾਮ ਅਕਾਊਂਟ ਟੈਗ ਕਰਦਾ, ਠੀਕ ਹੈ, ਸਾਰਾ ਕੁਛ ਇਹਦਾ ਨੰਬਰ, ਕਿੰਨਾ ਨੰਬਰ ਹੀ ਬੋਲ ਦੇਣਾ, ਨੰਬਰ 8144747540, ਹਾਂ ਆਹ ਨੇੜੇ ਤੇੜੇ ਪਿੰਡਾਂ ਦੇ ਜਿਹੜਾ ਨੇ ਵੀ ਛੋਟਾ ਮੋਟੇ ਟੈਟੂ ਬਣਾਉਣੇ ਹੋਣ ਜਾਂ ਪੇਂਟਿੰਗ ਬਣਾਉਣੀ ਹੋਵੇ, ਬਹੁਤ ਤਕੜੀ ਪੇਂਟਿੰਗ ਤਿਆਰ ਕਰਦਾ ਬਾਈ, ਬਹੁਤ ਵਧੀਆ ਡਰਾਇੰਗ ਆ ਬਾਈ ਦੀ, ਤੇ ਬਹੁਤ ਵਧੀਆ ਕੰਮ ਕਰਦਾ, ਤੇ ਅੱਜ ਅਸੀਂ ਵੀਡੀਓ, ਤੀਜੀ ਵੀਡੀਓ ਸਾਡੀ ਤਿਆਰ ਹੋ ਚੁੱਕੀ ਆ, ਹੁਣ ਜਲਦ ਅਸੀਂ ਨਵੀਆਂ ਵੀਡੀਓ ਬਣਾਉਣ ਚੱਲੇ ਹਾਂ, ਇਹ ਸਾਡੇ ਪਿੰਡ ਦਾ ਗਰਾਊਂਡ ਆ ਬਾਬਿਓ, ਬਹੁਤ ਹੀ ਤਕੜੀ ਟੀਮ ਇੱਥੇ ਮੈਚ ਲਾ ਕੇ ਡੀ ਹੈ, ਸਾਡੇ ਪਿੰਡ ਦੀ ਟੀਮ ਦੇ ਬਾਬਿਓ 22 ਪਲੇਅਰ ਹੁੰਦੇ ਨੇ ਇੱਕ ਪਾਸੇ, ਟੀਮ ਦੇ 22 ਪਲੇਅਰ ਹੁੰਦੇ ਨੇ, ਸਾਡੇ ਪਿੰਡ ਦੀ ਆਬਾਦੀ ਬਹੁਤ ਵੱਧ ਚੁੱਕੀ ਹੈ, ਸਾਡੇ ਪਿੰਡ ਦੀ 5500 ਵੋਟ ਹੈ, ਤੇ ਗਰਾਊਂਡ ਸਾਡਾ ਛੋਟਾ ਹੈ, ਫੁੱਟਬਾਲਾਂ ਸਾਡੇ ਦੋ ਹੁੰਦੀਆਂ ਨੇ ਬਾਬੇ, 22 ਖਿਡਾਰੀ ਹੁੰਦੇ ਨੇ, ਫਿਰ ਦੜੇ ਪੈਂਦੇ ਨੇ, ਹੁਣ ਖਿਡਾਰੀ ਥੱਕ ਗਏ, ਉਹ ਦੇਖੋ ਹਾਂ ਖਿਡਾਰੀ ਮੈਂ ਤੁਹਾਨੂੰ ਦਿਖਾਉਣਾ, ਦੇਖੋ 22 ਉਧਰ ਖੜੇ ਨੇ, 22-25 ਇਧਰ ਖੜੇ ਨੇ, ਹਜੇ ਆ ਸਪੇਅਰ ਪਾਰਟਸ ਵੱਟ ਬੈਠੇ ਨੇ, ਹਜੇ ਇਹਨਾਂ ਨੂੰ ਟਾਈਮ ਨਹੀਂ ਮਿਲਿਆ, ਇਹਨਾਂ ਨੂੰ ਕਦੇ ਕਾਕਾ ਕੱਲ ਨੂੰ ਆਓ,
ਤੇ ਅੱਜ ਬਾਅਦ ਕਬੱਡੀ ਦੇ ਕਵੇਂ ਆਹ ਤੇ ਬੂੜੇ ਦੇ ਹੱਥ ਚ ਨੇ ਤੇਰੇ ਯਾਰ ਦੇ ਬਸ ਉਮਰੋਂ ਦੀ 50 ਸਾਲ ਪਰ ਅਜੇ ਵੀ ਖੇਡਣ ਹਟਿਆ ਇਹਦਾ ਫੇਰ ਵੀ ਕੱਚੀ ਗੁੱਲੀ ਚ ਰੱਖਿਆ ਕੱਚੀ ਗੁੱਲੀ